पंजाब दे विच जिहड़े किसान वड्डी गिनती दे विच ने, डेयरी फार्मिंग नाल जिहड़े लोग जुड़े हुए ने वह वड्डी गिनती दे विच ने, ते उन्हां दा भी दिल करदा है कि वह जहाज़े चढ़न। बहुत अच्छा ऑप्शन है किसान और डेयरी मिल्क इंडस्ट्री नाल जो लोग ताल्लुक रखते ने, रिलेटेड लोग ने, किसान भरा ने। कैनेडा दे विच एक शो हुंदा प्रोग्रेसिव फार्मर शो, दिसंबर या जनवरी दे विच शो होएगा। तुहाडे कोल इदां दा कोई ऑप्शन हैगा कि जिहड़े किसान ने ओह भी कनेडा या अमेरिका या आस्ट्रेलिया विजिट करते हो, कि टिकट असली है या फेक है, इहनूं असीं किवें चैक कर सकदे? तुहाडे कोल कोई इदां दा फार्मूला है कि पैसे ज्यों दे त्यों साढ़े वापस आ जाण ते साडी कैंसलेशन चार्ज साढ़े ते लगणी ना? ਤੁਸੀਂ SME ਫੇਅਰ ਦੇ ਅੰਦਰ ਟਿਕਟ ਬੁੱਕ ਕਰੋ। ਘੱਟ ਬਜਟ ਦੇ ਵਿੱਚ ਸੁਪਨਾ ਪੂਰਾ ਹੋ ਸਕਦਾ ਕਿਸੇ ਦਾ, ਆਪਣੀ ਫੈਮਿਲੀ ਨਾਲ, ਆਪਣੇ ਘਰਦਿਆਂ ਨਾਲ। ਗੋਲਡ ਮੈਂਬਰਸ਼ਿਪ ਔਰ ਪਲੈਟੀਨਮ ਮੈਂਬਰਸ਼ਿਪ ਹੈ, ਅਸੀਂ ਉਸਦੇ ਬਿਹਾਫ ਦੇ ਉੱਪਰ ਤੁਹਾਨੂੰ ਡੋਮੈਸਟਿਕ ਔਰ ਇੰਟਰਨੈਸ਼ਨਲ ਪੈਕੇਜਸ ਦੇ ਸਕਦੇ ਹਾਂ, ਜਿਹਦੇ 'ਚ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਵੀਕ ਬਹੁਤ ਘੱਟ ਅਮਾਊਂਟ 'ਚ ਸਪੈਂਡ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਹਕੀਕਤ TV ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਡੇ ਲਈ ਇੱਕ ਬੜਾ ਹੀ ਨਵੇਕਲਾ ਵਿਸ਼ਾ ਅਸੀਂ ਲੈ ਕੇ ਇਸ ਵੀਡੀਓ ਦੇ ਵਿੱਚ ਆਇਆ, ਕਿਉਂਕਿ ਇਸ ਵੇਲੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਲੋਕਡਾਊਨ ਆ ਉਹ ਖੁੱਲ੍ਹ ਚੁੱਕਿਆ ਹੈ। ਲੋਕ ਜਿਹੜੇ ਪੰਜਾਬੀ ਨੇ, ਖਾਸ ਕਰਕੇ ਪੰਜਾਬੀ ਵਰਗ ਹੈ ਜਿਹੜਾ ਆਪਣੇ ਮੁਲਕ ਆ ਵੀ ਰਿਹਾ, ਔਰ ਵਿਦੇਸ਼ਾਂ ਵੱਲ ਨੂੰ ਜਿਹੜਾ ਉਹ ਰੁੱਖ ਵੀ ਕਰਨਾ ਉਹਨੇ ਸ਼ੁਰੂ ਕਰ ਦਿੱਤਾ। ਪਰ ਇੱਕ ਬੜਾ ਵੱਡਾ ਜਿਹੜਾ ਮਾਮਲਾ ਇਹ ਸਾਹਮਣੇ ਆ ਰਿਹਾ ਹੈ ਕਿ ਮਹਿੰਗੀਆਂ ਟਿਕਟਾਂ ਜਿਹੜੀਆਂ ਪੰਜਾਬੀਆਂ ਨੂੰ ਬਹੁਤ ਵੱਡੇ ਵੱਡੇ ਰੇਟਾਂ ਦੇ ਉੱਤੇ ਮਿਲ ਰਹੀਆਂ ਨੇ, ਔਰ ਉਸ ਤੋਂ ਬਾਅਦ ਵੀ ਕਈ ਵਾਰ ਜਾ ਕੇ ਏਅਰਪੋਰਟ 'ਤੇ ਪਤਾ ਲੱਗਦਾ ਕਿ ਫਲਾਈਟ ਹੈ ਹੀ ਨਹੀਂ। ਸੋ ਅਜਿਹੇ ਮਾਮਲੇ ਜਿਵੇਂ ਜਿਵੇਂ ਵਧੇ ਸਾਡੀ ਨੌਲੇਜ ਦੇ ਵਿੱਚ ਆਏ, ਸਾਨੂੰ ਲੋਕਾਂ ਦੀਆਂ ਜਿਹੜੀਆਂ ਕਾਲਸ ਆਈਆਂ ਕਿ ਇਸ ਚੀਜ਼ ਦਾ ਕੀ ਸਲਿਊਸ਼ਨ ਹੈ, ਤਾਂ ਸਾਡੇ ਕੋਲ ਅੱਜ ਅਸੀਂ ਤੁਹਾਨੂੰ ਜਿਹੜਾ ਇੱਕ ਅਜਿਹੇ ਸ਼ਖਸ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ 10 ਸਾਲ ਦਾ ਤਜਰਬਾ ਟਿਕਟਾਂ ਵਾਲੇ ਮਾਮਲੇ ਦੇ ਵਿੱਚ ਹੈ, ਔਰ ਹੁਣ ਤੱਕ ਉਹ ਹਜ਼ਾਰਾਂ ਟਿਕਟਾਂ ਜਿਹੜੀਆਂ ਉਹ ਬੁੱਕ ਕਰ ਚੁੱਕੇ ਨੇ ਸਸਤੇ ਭਾਅ ਦੇ ਵਿੱਚ। ਉਹ ਦਾਅਵਾ ਕਰਦੇ ਨੇ ਕਿ ਉਹਨਾਂ ਤੋਂ ਸਸਤੀ ਟਿਕਟ ਜਿਹੜੀ ਕੋਈ ਇੱਥੇ ਨਹੀਂ ਕਰਵਾ ਸਕਦਾ। ਸਾਡੇ ਨਾਲ ਨੇ ਸੈਯਦ ਵਸੀਮ, ਜਿਹੜੇ ਕਿ ਇਸ ਵੇਲੇ ਆਉਣ ਵਾਲੇ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਗੁਜਰਾਤ ਤੋਂ ਬਾਅਦ ਗੋ ਟਰੈਵਲਸ ਦਾ ਇੱਕ ਦਫ਼ਤਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਖੋਲ੍ਹਣ ਜਾ ਰਹੇ ਹਨ, ਉਹਨਾਂ ਦਾ ਵੈਲਕਮ ਕਰਦੇ ਹਾਂ। ਵਸੀਮ ਸਾਹਿਬ, ਹਕੀਕਤ TV ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਲੋਕ ਏਅਰਪੋਰਟ ਤੋਂ ਵਾਪਸ ਆਉਂਦੇ ਨੇ, ਲੋਕਾਂ ਨੂੰ ਸਹੀ ਰਾਹ ਨਹੀਂ ਦੱਸਿਆ ਜਾਂਦਾ, ਉਹਨਾਂ ਨੂੰ ਬੁਕਿੰਗ ਦੇ ਉੱਪਰ ਹੀ ਕਈ ਐਸੇ ਏਜੰਟ ਹੁੰਦੇ ਨੇ ਜੋ ਫਰੌਡ ਕਰਦੇ ਨੇ। ਬੁਕਿੰਗ ਦੇ ਦਿੰਦੇ ਨੇ, ਇੱਕ PNR ਨੰਬਰ ਦੇ ਦਿੰਦੇ ਨੇ, ਔਰ ਬੰਦਾ ਚੈੱਕ ਕਰਦਾ ਆਪਣੀ ਬੁਕਿੰਗ, ਟਿਕਟ ਔਨਲਾਈਨ ਚੈੱਕ ਕੀਤਾ, ਉਹਨੇ ਦੇਖਿਆ ਕਿ ਮੇਰੀ ਬੁਕਿੰਗ ਹੈ। ਤੁਸੀਂ ਜਦੋਂ ਵੀ ਟਰੈਵਲ ਕਰਨਾ, ਤੁਸੀਂ ਆਪਣੀ ਬੁਕਿੰਗ ਇਕੱਲਾ PNR ਨਹੀਂ ਚੈੱਕ ਕਰਨਾ, ਤੁਸੀਂ ਈ ਟਿਕਟ ਨੰਬਰ ਵੀ ਚੈੱਕ ਕਰਨਾ। ਜਦੋਂ ਤੱਕ ਤੁਹਾਨੂੰ ਈ ਟਿਕਟ ਨੰਬਰ ਇਸ਼ੂ ਨਹੀਂ ਹੋਇਆ, ਇਟ ਮੀਨਸ ਤੁਹਾਡੀ ਟਿਕਟ ਇਸ਼ੂ ਨਹੀਂ ਹੋਈ। ਇਸ ਗੱਲ ਦਾ ਖਾਸ ਧਿਆਨ ਜੀ। ਅਤੇ ਵਸੀਮ ਸਾਹਿਬ, ਇੱਕ ਜਿਹੜਾ ਸਭ ਤੋਂ ਵੱਡਾ ਸਵਾਲ, ਅੱਜ ਕੱਲ੍ਹ ਟਿਕਟਾਂ ਕਿਉਂ ਮਹਿੰਗੀਆਂ ਹੋਈਆਂ ਹੋਈਆਂ ਨੇ? ਮੈਂ ਚੈੱਕ ਕਰ ਰਿਹਾ ਸੀ, ਮੈਂ ਕਿਸੇ ਲਈ ਟਿਕਟ ਆਪਣੇ ਪਰਿਵਾਰ ਦੇ ਵਿੱਚੋਂ ਬੁੱਕ ਕਰਵਾਉਣੀ ਸੀ, ਅਤੇ ਮੈਂ ਟਿਕਟ ਚੈੱਕ ਕਰ ਰਿਹਾ ਸੀ, ਜਿਹੜੀ ਟਿਕਟ ਮੈਨੂੰ ਨੋਰਮਲ ਦਿਨਾਂ ਦੇ ਵਿੱਚ 20 ਤੋਂ 25 ਹਜ਼ਾਰ ਦੀ ਮਿਲ ਜਾਂਦੀ ਹੈ, ਅਤੇ ਮੈਂ ਚੈੱਕ ਕੀਤਾ ਅਤੇ 50-60 ਹਜ਼ਾਰ ਕ੍ਰੋਸ ਕੀਤਾ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹੀ ਹੈ, ਲੋਕਡਾਊਨ ਦੀ ਵਜ੍ਹਾ ਕਰਕੇ ਏਅਰਲਾਈਨ ਬਹੁਤ ਜ਼ਿਆਦਾ ਲੋਸਿਸ ਦੇ ਵਿੱਚ ਨੇ, ਇਸ ਕਰਕੇ ਹਰ ਏਅਰਲਾਈਨ ਆਪਣੇ ਲੋਸ ਨੂੰ ਕਵਰ ਕਰਨ ਲਈ ਫੇਅਰਸ ਹਾਈਕ ਹੋ ਚੁੱਕੇ ਨੇ। ਅਤੇ ਇੱਕ ਹੋਰ ਵਸੀਮ ਸਾਹਿਬ, ਜਿਹੜਾ ਅੱਜ ਦਾ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਆਏ ਹਾਂ, ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਟਿਕਟ ਲੈ ਲਈ, ਲੇਕਿਨ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਟਿਕਟ ਅਸਲੀ ਹੈ ਜਾਂ ਇਹ ਫੇਕ ਬਣਵਾ ਦਿੱਤੀ ਗਈ ਹੈ, ਕਿਉਂਕਿ ਬਹੁਤ ਸਾਰੇ ਏਜੰਟ ਇਹ ਤਰੀਕੇ ਨਾਲ ਫਰੌਡ ਕਰਦੇ ਨੇ ਕਿ ਟਿਕਟ ਬਣਾ ਦਿੰਦੇ ਨੇ, ਲੇਕਿਨ ਜਾ ਕੇ ਏਅਰਪੋਰਟ 'ਤੇ ਸਾਨੂੰ ਪਤਾ ਲੱਗਦਾ ਕਿ ਟਿਕਟਾਂ ਤਾਂ ਹੈ ਹੀ ਨਹੀਂ ਸਾਡੀਆਂ, ਅਤੇ ਉਹ ਕਿਸ ਤਰੀਕੇ ਨਾਲ ਅਸੀਂ ਚੈੱਕ ਕਰ ਸਕਦੇ ਹਾਂ? ਕਿ ਪਹਿਲਾਂ ਸਾਨੂੰ ਇਹ ਦੱਸੋ ਕਿ ਟਿਕਟ ਅਸਲੀ ਹੈ ਜਾਂ ਫੇਕ ਹੈ, ਇਹਨੂੰ ਅਸੀਂ ਕਿਵੇਂ ਚੈੱਕ ਕਰ ਸਕਦੇ ਹਾਂ? ਜੀ, ਤੁਸੀਂ ਜੋ ਵੀ ਏਅਰਲਾਈਨ ਦੀ ਟਿਕਟ ਲੱਤੀ ਹੈ, ਉਸ ਏਅਰਲਾਈਨ ਦੀ ਵੈਬਸਾਈਟ ਓਪਨ ਕਰੋ। ਵੈਬਸਾਈਟ ਓਪਨ ਕਰਨ ਤੋਂ ਬਾਅਦ ਮੈਨੇਜ ਬੁਕਿੰਗ ਆਪਸ਼ਨ ਨੂੰ ਕਲਿੱਕ ਕਰੋ, ਦੈਨ ਤੁਸੀਂ ਉਹਦੇ 'ਚ PNR ਨੰਬਰ ਲਿਖੋ, ਔਰ ਸੈਕਿੰਡ ਤੁਹਾਡਾ ਲਾਸਟ ਨਾਮ ਲਿਖੋ। ਉਸ ਤੋਂ ਬਾਅਦ ਤੁਸੀਂ ਰਿਟਰੀਵ ਕਰੋਗੇ, ਤੁਹਾਡੀ ਆਈਟਨਰੀ ਆ ਜਾਏਗੀ। ਅਗਰ ਉਹ PNR ਜਸਟ ਇਕੱਲੀ ਬੁਕਿੰਗ ਹੈ ਤਾਂ ਆਈਟਨਰੀ ਆਏਗੀ, ਅਗਰ ਉਹ ਟਿਕਟ ਇਸ਼ੂਡ ਹੈ ਤਾਂ ਤੁਹਾਡਾ ਈ ਟਿਕਟ ਨੰਬਰ ਵੀ ਆਏਗਾ। ਇਟ ਮੀਨਸ ਅਗਰ ਈ ਟਿਕਟ ਹੈ ਤਾਂ ਤੁਹਾਡੀ ਟਿਕਟ ਇਸ਼ੂਡ ਹੈ, ਅਗਰ ਈ ਟਿਕਟ ਨੰਬਰ ਹੈ ਜਾਂ ਜਸਟ ਬੁਕਿੰਗ ਹੈ। ਅਤੇ ਇੱਕ ਹੋਰ ਜਿਹੜਾ ਵੱਡੀ ਦਿੱਕਤ ਇਹ ਆ ਰਹੀ ਹੈ ਅੱਜ ਕੱਲ੍ਹ ਵਸੀਮ ਸਾਹਿਬ, ਕਿ ਅਸੀਂ ਟਿਕਟ ਬੁੱਕ ਕਰ ਲੈਂਦੇ ਹਾਂ,
ਬੁੱਕ ਕਰਨ ਤੋਂ ਬਾਅਦ ਕਈ ਵਾਰ ਕੀ ਹੁੰਦਾ ਕਿ ਸਾਡਾ ਪ੍ਰੋਗਰਾਮ ਬਦਲ ਜਾਂਦਾ ਹੈ। ਅਜਿਹੇ ਹਾਲਾਤ ਦੇ ਵਿੱਚ ਜੇਕਰ ਅਸੀਂ ਏਅਰਲਾਈਨ ਨੂੰ ਫੋਨ ਕਰਕੇ ਕਹਿੰਦੇ ਕਿ ਸਾਡੀ ਟਿਕਟ ਕੈਂਸਲ ਕਰ ਦਿਓ, ਤਾਂ ਕੈਂਸਲੇਸ਼ਨ ਦੇ ਨਾਂ 'ਤੇ ਸਾਨੂੰ ਜੇ ਸਾਡੀ 10,000 15,000 ਜਾਂ 20,000 25,000 ਦੀ ਟਿਕਟ ਹੈ ਤਾਂ ਸਾਡੇ ਪੱਲੇ ਉਹਦਾ ਇੱਕ ਹਿੱਸਾ ਵੀ ਨਹੀਂ ਪੈਂਦਾ। ਅਤੇ ਤੁਹਾਡੇ ਕੋਲ ਕੋਈ ਇੱਦਾਂ ਦਾ ਫਾਰਮੂਲਾ ਹੈ ਕਿ ਪੈਸੇ ਜਿਉਂ ਦੇ ਤਿਉਂ ਸਾਡੇ ਵਾਪਸ ਆ ਜਾਣ ਅਤੇ ਸਾਡੀ ਕੈਂਸਲੇਸ਼ਨ ਚਾਰਜ ਸਾਡੇ 'ਤੇ ਲੱਗਣੀ ਨਾ? ਜੀ ਬਿਲਕੁਲ, ਤੁਸੀਂ ਡੋਮੈਸਟਿਕ ਇੰਟਰਨੈਸ਼ਨਲ ਜਦੋਂ ਵੀ ਟਰੈਵਲ ਕਰੋ, ਮੈਂ ਪਹਿਲਾਂ ਡੋਮੈਸਟਿਕ ਟਰੈਵਲ ਦੀ ਗੱਲ ਕਰਾਂਗਾ, ਤੁਸੀਂ SME ਫੇਅਰ ਦੇ ਅੰਦਰ ਟਿਕਟ ਬੁੱਕ ਕਰੋ। ਜਦੋਂ ਤੁਸੀਂ SME ਫੇਅਰ ਦੇ ਅੰਦਰ ਟਿਕਟ ਬੁੱਕ ਕਰੋਗੇ, ਤੁਹਾਡੇ ਕੈਂਸਲੇਸ਼ਨ ਚਾਰਜਿਸ ਹਾਫ ਹੋ ਜਾਣਗੇ, ਕਿਉਂਕਿ ਹਰ ਸਰਵਿਸ ਪ੍ਰੋਵਾਈਡਰ ਕੋਲ ਕਾਰਪੋਰੇਟ ਫੇਅਰਸ ਨਹੀਂ ਹੁੰਦੇ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 100% ਕੈਂਸਲੇਸ਼ਨ ਚਾਰਜਿਸ ਨਾ ਲੱਗਣ, ਤਾਂ ਤੁਸੀਂ ਆਪਣੇ ਟਿਕਟ ਨੂੰ ਕਾਰਪੋਰੇਟ ਦੇ ਅੰਦਰ ਇਸ਼ੂ ਕਰਾਓ। ਜਦੋਂ ਤੁਸੀਂ ਕਾਰਪੋਰੇਟ ਕੋਡ ਦੇ ਅੰਦਰ ਆਪਣਾ ਟਿਕਟ ਇਸ਼ੂ ਕਰਾਓਗੇ, ਉਸਦੇ ਤੁਹਾਨੂੰ 4 ਬੈਨੀਫਿਟ ਮਿਲਣਗੇ। ਪਹਿਲਾ ਬੈਨੀਫਿਟ ਇਹ ਮਿਲੇਗਾ ਕਿ ਤੁਹਾਨੂੰ ਉਹਦੇ ਅੰਦਰ ਕੈਂਸਲੇਸ਼ਨ ਨਿਲ ਹੋਏਗੀ, ਕੋਈ ਕੈਂਸਲੇਸ਼ਨ ਚਾਰਜਿਸ ਨਹੀਂ। ਈਵਨ ਤੁਸੀਂ ਫਲਾਈਟ ਬੋਰਡ ਹੋਣ ਤੋਂ ਪਹਿਲਾਂ 3-4 ਘੰਟੇ ਪਹਿਲਾਂ ਵੀ ਆਪਣੇ ਏਜੰਟ ਨੂੰ ਤੁਸੀਂ ਕਹਿ ਦਿਓਗੇ ਕਿ ਮੇਰੀ ਟਿਕਟ ਕੈਂਸਲ ਕਰਤੀ ਜਾਵੇ, ਤੁਹਾਨੂੰ ਫੁੱਲ ਅਮਾਊਂਟ ਰਿਫੰਡ ਹੋਏਗੀ, ਉਹ ਆਪਣੀ ਫਿਊ ਸਰਵਿਸ ਚਾਰਜਿਸ। ਪਰ ਐਵੇਂ ਹੁੰਦਾ ਨਹੀਂ? ਨਹੀਂ ਨਹੀਂ ਸਰ, ਮੈਂ ਬੈਠਾ ਸੇਵਾ ਦੇਣ ਲਈ, 24x7 ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਵੋ। ਮੈਂ ਦਰਸ਼ਕਾਂ ਨੂੰ ਕਹਾਂਗਾ ਕਿ ਗੋ ਟਰੈਵਲਸ ਨਾਲ ਜੁੜਨ, ਅਸੀਂ ਸਰਵਿਸ ਦੇਵਾਂਗੇ। ਸੈਕਿੰਡ ਬੈਨੀਫਿਟ ਕੀ ਹੋਏਗਾ ਕਾਸ਼ਿਫ ਸਾਹਿਬ, ਕਿ ਤੁਹਾਨੂੰ ਸੀਟ ਸਿਲੈਕਸ਼ਨ ਫਰੀ ਹੈ। ਕੋਈ ਬੰਦਾ ਲੈਗ ਸਪੇਸ ਲੈਣਾ ਚਾਹੁੰਦਾ, ਉਹਨੂੰ 1,000 rupees ਪੇ ਕਰਨਾ ਪੈਂਦੇ ਆ, ਆਇਲ ਸੀਟ ਲਈ ਅਲੱਗ ਪੇਮੈਂਟ ਪੇ ਕਰਨੀ ਪੈਂਦੀ ਹੈ। ਮੈਂ ਖੁਦ ਇਸ ਗੱਲੋਂ ਹੈਰਾਨ ਸੀ, ਕਿਉਂਕਿ ਮੈਂ ਜਿਹੜਾ ਸੀਟ ਬੁੱਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ, ਔਰ ਦੇਖਿਆ ਕਿ ਤੁਸੀਂ ਕਿਹੜੀ ਸੀਟ ਤੁਹਾਨੂੰ ਚਾਹੀਦੀ ਹੈ, ਤਾਂ ਮੈਨੂੰ ਲੱਗਿਆ ਕਿ ਇਹ ਸੀਟ ਮੇਰੇ ਵਾਸਤੇ ਐਕਸਟਰਾ ਲੈਗ ਸਪੇਸ ਵਾਲੀ। ਮੈਂ ਤਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ 500 rupees ਐਕਸਟਰਾ ਦੇਣਾ ਪਊਗਾ। ਹਿਸਾਬ ਕਿਤਾਬ ਸਮਝ ਤੋਂ ਬਾਹਰ ਹੈ, ਅਗਰ ਅਸੀਂ ਬੈਠਣਾ ਹੈ ਕੋਈ ਨਾ ਕੋਈ ਸੀਟ ਤਾਂ ਸਾਨੂੰ ਚਾਹੀਦੀ ਹੈ, ਅਤੇ ਉਹਦੇ ਵਾਸਤੇ ਵੀ ਅਸੀਂ ਪੈਸੇ ਦੇਈਏ। ਜੀ ਮੈਂ ਇਹੀ ਦੱਸਣਾ ਚਾਹਨਾ, ਜਦੋਂ ਤੁਸੀਂ ਕਾਰਪੋਰੇਟ ਫੇਅਰ ਲਓਗੇ, ਤੁਹਾਨੂੰ ਆਇਲ ਸੀਟ ਚਾਹੀਦੀ ਹੈ, ਫਰੀ ਮਿਲੇਗੀ, ਵਿੰਡੋ ਸੀਟ ਚਾਹੀਦੀ ਹੈ, ਫਰੀ ਮਿਲੇਗੀ, ਐਕਸਟਰਾ ਲੈਗ ਸਪੇਸ ਵੀ, ਤੁਹਾਡੀ ਸੀਟ ਸਿਲੈਕਸ਼ਨ ਫਰੀ ਹੈ। ਔਰ ਥਰਡ ਬੈਨੀਫਿਟ ਤੁਹਾਡਾ ਇਹ ਹੈਗਾ ਕਿ ਤੁਹਾਨੂੰ ਡੇਟ ਚੇਂਜ ਫਰੀ ਹੈ। ਇਫ ਲੇਕਿਨ ਕੰਡੀਸ਼ਨ ਇੱਕ ਹੈ, ਅਗਰ ਫੇਅਰ ਚੇਂਜ ਹੁੰਦਾ ਤਾਂ ਫੇਅਰ ਦਾ ਡਿਫਰੈਂਸ ਐਪਲੀਕੇਬਲ ਹੈ, ਡੇਟ ਚੇਂਜ ਚਾਰਜਿਸ ਨਿਲ ਰਹਿਣਗੇ। ਅਤੇ ਚੌਥਾ ਬੈਨੀਫਿਟ ਇਹ ਹੈ ਕਿ ਤੁਹਾਡੇ ਲਈ ਮੀਲ ਫਰੀ ਹੋਏਗਾ। ਅੱਛਾ, ਉਸਦੇ ਵੀ ਤਾਂ ਜ਼ਿਆਦਾਤਰ ਪੈਸੇ ਲੈ ਜਾਂਦੇ ਨੇ। ਇੱਕ ਮੈਂ ਨਾਮ ਤਾਂ ਨਹੀਂ ਲਊਂਗਾ ਕਿਸੇ ਏਅਰਲਾਈਨ ਦਾ, ਲੇਕਿਨ ਜਦੋਂ ਉਹਦੇ ਵਿੱਚ ਸਫ਼ਰ ਕੀਤਾ ਅਤੇ ਉਹ ਕਹਿੰਦੇ ਜੀ ਤੁਹਾਡੇ ਕੋਲ ਪੈਸੇ ਨੇ ਜਿਹੜੇ ਅਸੀਂ ਐਕਸਟਰਾ ਲਵਾਂਗੇ, ਐਕਸਟਰਾ ਪੇ ਕਰਾਂਗੇ, ਕਿਉਂਕਿ ਤੁਹਾਡਾ ਮੀਲ ਜਿਹੜਾ ਉਹ ਇੰਕਲੂਡਿਡ ਨਹੀਂ ਸੀ। ਜਿੰਨੇ ਵੀ ਲੋ ਕੋਸਟ ਕੈਰੀਅਰਸ ਨੇ ਉਹਦੇ 'ਚ ਮੀਲ ਬਾਏ ਕਰਨਾ ਪੈਂਦਾ। ਸਮ ਏਅਰਲਾਈਨਸ ਜਿਹਦੇ 'ਚ ਕਾਰਪੋਰੇਟ ਫੈਸਿਲਿਟੀ ਹੈ ਤੁਹਾਨੂੰ, ਅਤੇ ਮੈਂ ਰਿਕਮੈਂਡ ਕਰਾਂਗਾ ਤੁਹਾਡਾ ਮੀਲ ਫਰੀ, ਸੀਟ ਸਿਲੈਕਸ਼ਨ ਫਰੀ, ਕੈਂਸਲੇਸ਼ਨ ਜ਼ੀਰੋ। ਅਤੇ ਇਹ ਕਾਰਪੋਰੇਟ ਕੋਡ ਕੀ ਹੁੰਦਾ, ਅਤੇ ਫਿਰ ਇੱਥੇ ਦੇ ਜਿਹੜੇ ਟਿਕਟ ਬੁੱਕ ਕਰਨ ਵਾਲੇ ਲੋਕ ਨੇ ਉਹ ਕਿਉਂ ਨਹੀਂ ਯੂਜ਼ ਕਰਦੇ? ਉਹਦਾ ਰੀਜ਼ਨ ਇਹ ਹੈ, ਕਾਰਪੋਰੇਟ ਕੋਡ ਕਾਰਪੋਰੇਟ ਸੈਕਟਰਸ ਵਾਸਤੇ ਹੁੰਦਾ ਹੈ, ਹਰ ਇੱਕ ਬੰਦੇ ਵਾਸਤੇ ਨਹੀਂ ਹੁੰਦਾ, ਇਸ ਕਰਕੇ ਯੂਜ਼ ਨਹੀਂ ਹੁੰਦਾ। ਜੀ 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 ਅਤੇ ਵਸੀਮ ਸਾਹਿਬ, ਇੱਕ ਹੋਰ ਬੜਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਲੋਕਾਂ ਦੇ ਲਈ, ਮੈਨੂੰ ਲੱਗਦਾ ਕਿ ਕਾਫੀ ਲਾਭਦਾਇਕ ਹੋਏਗਾ। ਇੱਕ ਹੋਰ ਸਵਾਲ ਜਿਹੜਾ ਅਕਸਰ ਮਨਾਂ ਦੇ ਵਿੱਚ ਖੜਕਦਾ, ਉਹ ਇਹ ਹੈ ਕਿ ਇੱਕ ਆਮ ਇਨਸਾਨ ਘੱਟ ਬਜਟ ਦੇ ਵਿੱਚ ਕਿਤੇ ਬਾਹਰ ਦੀ ਯਾਤਰਾ, ਵਿਦੇਸ਼ ਦੀ ਯਾਤਰਾ ਕਰ ਸਕਦਾ? ਕਰੋਨਾ ਵਾਇਰਸ ਕਿਉਂਕਿ ਖਤਮ ਹੋ ਚੁੱਕਿਆ, ਲੋਕ ਘੁੰਮਣਾ ਫਿਰਨਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕਰਨਗੇ, ਅਤੇ ਅਜਿਹੇ ਦੇ ਵਿੱਚ ਘੱਟ ਬਜਟ ਦੇ ਵਿੱਚ ਸੁਪਨਾ ਪੂਰਾ ਹੋ ਸਕਦਾ ਕਿਸੇ ਦਾ, ਆਪਣੀ ਫੈਮਿਲੀ ਨਾਲ, ਆਪਣੇ ਘਰਦਿਆਂ ਨਾਲ? ਜੀ ਬਹੁਤ ਅੱਛਾ ਸਵਾਲ ਕੀਤਾ ਤੁਸੀਂ, ਯਕੀਨਨ ਹੋ ਸਕਦਾ ਹੈ। ਸਾਡੀ ਕੰਪਨੀ ਬਹੁਤ ਸੈਕਟਰ ਦੇ ਅੰਦਰ, ਜਿਹਦੇ 'ਚ ਸਾਡੇ ਕੋਲ ਗੋਲਡ ਮੈਂਬਰਸ਼ਿਪ ਔਰ ਪਲੈਟੀਨਮ ਮੈਂਬਰਸ਼ਿਪ ਹੈ, ਅਸੀਂ ਉਸਦੇ ਬਿਹਾਫ ਦੇ ਉੱਪਰ ਤੁਹਾਨੂੰ ਡੋਮੈਸਟਿਕ ਔਰ ਇੰਟਰਨੈਸ਼ਨਲ ਪੈਕੇਜਸ ਦੇ ਸਕਦੇ ਹਾਂ, ਜਿਹਦੇ 'ਚ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਵੀਕ ਬਹੁਤ ਘੱਟ ਅਮਾਊਂਟ 'ਚ ਸਪੈਂਡ ਕਰ ਸਕਦੇ ਹੋ। ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਮਲੇਸ਼ੀਆ ਦਾ ਇੱਕ ਬਹੁਤ 5-star ਹੋਟਲ ਹੈ, ਦਾ ਪੈਲਸ ਆਫ ਗੋਲਡਨ ਹੋਰਸਿਸ। ਅਸੀਂ ਲਾਸਟ ਟਾਈਮ ਆਪਣੇ ਕਲਾਇੰਟਸ ਨੂੰ 15,000 ਦੇ ਵਿੱਚ ਫੋਰ ਏ ਕਪਲ ਅਸੀਂ ਔਫਰ ਕੀਤਾ ਹੈਗਾ।
US, Canada, Australia, New Zealand, ਸਾਡੇ ਕੋਲ ਐਸੇ ਆਪਸ਼ਨਸ ਹੈਗੇ ਐਸ ਪਰ ਅਵੇਲੇਬਿਲਿਟੀ, ਸਬਜੈਕਟ ਟੂ ਅਵੇਲੇਬਿਲਿਟੀ ਡਿਪੈਂਡ ਕਰਦੀ ਹੈ। ਅਸੀਂ ਤੁਹਾਨੂੰ 45,000 ਦੇ ਵਿੱਚ ਕਪਲ ਲਈ ਇੱਕ ਵੀਕ ਦੇ ਸਕਦੇ ਹਾਂ ਇੱਕ ਲੋਕੇਸ਼ਨ ਪਰ। ਇੱਥੇ ਦੇ ਹਾਲਾਤ ਇਹ ਨੇ ਵਸੀਮ ਸਾਹਿਬ ਕਿ ਅਗਰ ਅਸੀਂ ਬੁੱਕ ਕਰਨਾ ਹੋਵੇ ਤਾਂ ਲੱਖ ਸਵਾ ਲੱਖ ਤੋਂ ਘੱਟ ਤਾਂ ਕੋਈ ਕਿਸੇ ਪਾਸੇ ਦਾ ਖਰਚਾ ਦਿਖਾਉਂਦੇ ਹੀ ਨਹੀਂ ਹੈ, ਉਹ ਚਾਹੇ ਆਸਟ੍ਰੇਲੀਆ ਦਾ ਹੋਵੇ, ਯੂਕੇ ਦਾ ਹੋਵੇ ਜਾਂ ਹੋਰ ਕਿਸੇ ਵੀ ਕੰਟਰੀ ਦਾ ਹੋਵੇ। ਉਹਦਾ ਰੀਜ਼ਨ ਇਹ ਹੈ ਜੋ ਲੋਕ ਟਰੈਵਲ ਸੈਕਟਰ ਦੇ ਵਿੱਚ ਸਰਵਿਸਿਜ਼ ਦੇ ਰਹੇ ਨੇ ਉਹਨਾਂ ਨੇ ਆਪਣਾ ਮਾਰਜਨ ਲੈਣਾ, ਇਸੇ ਲਈ ਇਹ ਫੇਅਰਸ ਹਾਈਕ ਹੁੰਦੇ ਨੇ। ਤੁਸੀਂ ਨਹੀਂ ਮਾਰਜਨ ਲੈਂਦੇ? ਨਹੀਂ, ਮਾਰਜਨ ਲੈਂਦੇ ਹਾਂ, ਐਕਚੁਅਲੀ ਅਸੀਂ ਬਹੁਤ ਥੋੜ੍ਹੇ ਮਾਰਜਨ ਪਰ ਕੰਮ ਕਰਦੇ ਹਾਂ। ਜੀ ਜੀ ਜੀ। ਅਤੇ ਵਸੀਮ ਸਾਹਿਬ ਇੱਕ ਹੋਰ ਬੜਾ ਬੜਾ ਵੱਡਾ ਸਵਾਲ ਹੈ, ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਨੇ, ਡੈਰੀ ਫਾਰਮਿੰਗ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਵੱਡੀ ਗਿਣਤੀ ਦੇ ਵਿੱਚ ਨੇ, ਅਤੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਉਹ ਜਹਾਜ਼ 'ਤੇ ਚੜ੍ਹਨ ਅਤੇ ਜਾ ਕੇ ਆਸਟ੍ਰੇਲੀਆ ਜਾਂ ਇੰਗਲੈਂਡ ਜਾਂ ਕੈਨੇਡਾ, ਅਮੈਰੀਕਾ ਉਹ ਦੇਖ ਕੇ ਆਉਣ ਕਿ ਆਖਿਰ ਉੱਥੇ ਜਿਹੜੇ ਕਿਸਾਨ ਨੇ ਉਹ ਕਿਉਂ ਅਗਾਂਹ ਵਾਧੂ ਨੇ। ਉਹਨਾਂ ਦਾ ਵੀ ਕਿਤੇ ਨਾ ਕਿਤੇ ਦਿਲ ਕਰਦਾ ਪਰ ਉਹਨਾਂ ਕੋਲ ਆਪਸ਼ਨ ਕੋਈ ਨਹੀਂ ਹੁੰਦਾ। ਤੁਹਾਡੇ ਕੋਲ ਇੱਦਾਂ ਦਾ ਕੋਈ ਆਪਸ਼ਨ ਹੈਗਾ ਕਿ ਜਿਹੜੇ ਕਿਸਾਨ ਨੇ ਉਹ ਵੀ ਕੈਨੇਡਾ ਜਾਂ ਅਮੈਰੀਕਾ ਜਾਂ ਆਸਟ੍ਰੇਲੀਆ ਵਿਜ਼ਿਟ ਕਰਦੇ ਹੋਣ? ਜੀ ਬਿਲਕੁਲ, ਬਹੁਤ ਅੱਛਾ ਆਪਸ਼ਨ ਹੈ। ਕਿਸਾਨ ਔਰ ਡੈਰੀ ਮਿਲਕ ਇੰਡਸਟਰੀ ਨਾਲ ਜੋ ਲੋਕ ਤਾਲੁਕ ਰੱਖਦੇ ਨੇ, ਰਿਲੇਟਡ ਲੋਕ ਨੇ, ਕਿਸਾਨ ਭਰਾ ਨੇ, ਕੈਨੇਡਾ ਦੇ ਵਿੱਚ ਇੱਕ ਸ਼ੋਅ ਹੁੰਦਾ ਪ੍ਰੋਗਰੈਸਿਵ ਫਾਰਮਰ ਸ਼ੋਅ, ਦਸੰਬਰ ਜਾਂ ਜਨਵਰੀ ਦੇ ਵਿੱਚ ਉਹ ਸ਼ੋਅ ਹੋਏਗਾ। ਅਸੀਂ ਸੱਦਾ ਦਿੰਦੇ ਹਾਂ ਸਾਡੇ ਨਾਲ ਜੁੜਨ, ਅਸੀਂ ਕਿਸਾਨ ਭਰਾਵਾਂ ਨੂੰ ਅਪਡੇਟ ਕਰਨ ਲਈ, ਆਪਣੀ ਫਸਲ ਨੂੰ ਟੈਕਨੋਲੋਜੀ ਅਪਲਾਈ ਕਰਨ ਲਈ ਜ਼ਰੂਰ ਐਸਾ ਇੱਕ ਇਨਫਰਾਸਟ੍ਰਕਚਰ ਦੇਵਾਂਗੇ ਜਿੱਥੇ ਬੀ ਟੂ ਬੀ ਮੀਟਿੰਗਸ ਹੋਣ ਔਰ ਉਹ ਆਪਣੇ ਗਿਆਨ ਨੂੰ ਵਧਾਉਣ ਬਿਜ਼ਨਸ ਦੇ ਲਈ। ਔਰ ਡੈਰੀ ਫਾਰਮਿੰਗ ਜੋ ਲੋਕ ਡੈਰੀ ਔਰ ਮਿਲਕ ਇੰਡਸਟਰੀ ਨਾਲ ਰਿਲੇਟਡ ਨੇ, ਦਸੰਬਰ ਮੰਥ ਦੇ ਅੰਦਰ 6 ਡੇ ਦਾ ਯੂਕੇ ਦੇ ਅੰਦਰ, ਜਿਹਦੇ 'ਚ 2 ਡੇਜ਼ ਸਕੋਟਲੈਂਡ ਹੈ, 2 ਡੇਜ਼ ਲੰਡਨ ਹੈ, ਇਸੀ ਤਰ੍ਹਾਂ ਬਰਮਿੰਗਮ ਵੀ 2 ਡੇਜ਼ ਹੈਗਾ, ਔਰ ਨੈਕਸਟ 10 ਡੇਜ਼ ਕੈਨੇਡਾ ਦੇ ਅੰਦਰ ਪ੍ਰੋਗਰਾਮ ਹੈਗਾ ਜਿਹਦੇ 'ਚ ਡੈਰੀ ਫਾਰਮ ਨਾਲ ਰਿਲੇਟਡ ਲੋਕ ਜਾ ਸਕਦੇ ਨੇ। ਕੌਣ ਲੋਕ ਨੇ ਜਿਹੜੇ ਜਾ ਸਕਦੇ ਨੇ? ਕੀ ਕੋਈ ਰਿਕੁਆਇਰਮੈਂਟ ਤੁਹਾਨੂੰ ਰੱਖੀ ਹੋਈ ਹੈ ਜਾਂ ਗੌਰਮੈਂਟ ਦੀਆਂ ਜਿਹੜੀਆਂ ਕੀ ਬੇਸਿਕ ਰਿਕੁਆਇਰਮੈਂਟ ਕੀ ਰਹਿੰਦੀਆਂ ਨੇ ਉਹਦੇ ਵਿੱਚ? ਜੀ ਬੇਸਿਕ ਰਿਕੁਆਇਰਮੈਂਟਸ ਇਹ ਨੇ, ਜੋ ਬੰਦਾ ਡੈਰੀ ਫਾਰਮ ਜਾਂ ਐਗਰੀਕਲਚਰ ਨਾਲ ਰਿਲੇਟਡ ਹੈ ਉਸ ਬੰਦੇ ਕੋਲ ਉਸ ਸੈਕਟਰ ਦੀ ਜੋ ਫਾਰਮੈਲਿਟੀਜ਼ ਹੈ ਉਹਦਾ ਬਿਜ਼ਨਸ ਡੈਰੀ ਫਾਰਮਿੰਗ 'ਚ ਐਗਜ਼ਿਸਟ ਹੋਵੇ, ਫਾਰਮਰ ਹੈ ਤਾਂ ਉਹਦੇ ਕੋਲ ਖੇਤੀ ਹੋਵੇ, ਹੋਰ ਕੋਈ ਐਕਸਟਰਾ ਫਾਰਮੈਲਿਟੀ ਨਹੀਂ ਹੈਗੀ। ਜਿਹੜਾ ਵੀਜ਼ਾ ਲੱਗਦਾ ਹੈ ਉਹ ਮਲਟੀਪਲ ਵੀਜ਼ਾ ਲੱਗਦਾ ਫਿਰ ਜਾਂ ਇੱਕ ਵਾਰ 'ਚ ਹੀ ਵੀਜ਼ੇ ਦਾ ਕੀ ਰਹਿੰਦਾ ਜਿਹੜਾ ਹਿਸਾਬ, ਕੀ ਕਿਸ ਤਰੀਕੇ ਨਾਲ ਪ੍ਰੋਸੈਸ ਕਰਨ ਦਾ ਕੀ ਹੈ ਔਰ ਕਿੰਨੇ ਸਾਲਾਂ ਲਈ ਇਹ ਵੀਜ਼ਾ ਲੱਗਦਾ? ਜੀ ਕੈਨੇਡਾ ਦਾ ਜੋ ਵੀਜ਼ਾ ਹੋਏਗਾ, ਜਿੰਨੀ ਪਾਸਪੋਰਟ ਦੀ ਵੈਲਿਡਿਟੀ ਹੋਏਗੀ ਕੈਨੇਡਾ ਦਾ ਵੀਜ਼ਾ ਉਨੇ ਟਾਈਮ ਦਾ ਮਿਲੇਗਾ, ਔਰ ਯੂਕੇ ਦਾ, ਇੰਗਲੈਂਡ ਦਾ ਜੋ ਤੁਹਾਨੂੰ ਵੀਜ਼ਾ ਮਿਲੇਗਾ ਉਹ 6 ਮੰਥ ਦਾ ਮਲਟੀਪਲ ਵੀਜ਼ਾ ਹੋਏਗਾ, ਤੁਸੀਂ 6 ਮੰਥ ਦੇ ਵਿੱਚ ਮਲਟੀ ਟਾਈਮ ਜਾ ਸਕਦੇ ਹੋ। ਅਤੇ ਪਰ ਵਸੀਮ ਸਾਹਿਬ ਇੱਕ ਹੋਰ ਤੁਸੀਂ ਬੜਾ ਵੱਡਾ ਆਪਸ਼ਨ ਦਿੱਤਾ ਹੈਗਾ, ਪਰ ਇੱਥੇ ਜਿਹੜੇ ਏਜੰਟ ਨੇ ਉਹ ਬਹੁਤ ਸਾਰੇ ਇੱਦਾਂ ਦੇ ਨੇ ਕਿ ਉਹ ਵਹਿਮਾਂ ਭਰਮਾਂ ਦੇ ਵਿੱਚ ਜ਼ਿਆਦਾ ਪਾ ਕੇ ਫਰੋਡ ਵੱਡੇ ਪੱਧਰ 'ਤੇ ਜਿਹੜੇ ਸਾਹਮਣੇ ਆ ਰਹੇ ਨੇ, ਕੀ ਤੁਹਾਡੇ ਕੋਲ ਕੋਈ ਅਥਾਰਿਟੀ ਹੈ ਜਿਸ ਦੇ ਜ਼ਰੀਏ ਤੁਸੀਂ, ਕਾਨੂੰਨੀ ਮਾਨਤਾ ਹੈ ਤੁਹਾਡੇ ਪ੍ਰੋਗਰਾਮ ਨੂੰ ਕੋਈ? ਜੀ ਬਿਲਕੁਲ, ਗੌਰਮੈਂਟ ਦਾ ਪ੍ਰੋਗਰਾਮ ਹੈ ਜੋ ਮੇਨ ਫਿੱਕੀ ਔਰਗਨਾਈਜ਼ ਕਰਦੀ ਹੈ, ਔਰ ਉਹਦੇ ਨਾਲ ਹਿੰਦੁਸਤਾਨ ਦੇ ਜੋ ਵੀ ਗਰੁੱਪਸ ਰਿਕੋਗਨਾਈਜ਼ਡ ਕੀਤੇ ਹੋਏ ਨੇ ਅਸੀਂ ਉਹਨਾਂ ਦਾ ਇੱਕ ਪਾਰਟ ਹਾਂ। ਜੀ ਜੀ, ਤੁਹਾਡੇ ਕੋਲ ਲਾਇਸੈਂਸ ਹੈ ਬਾਹਰ ਅੰਦਰ ਭੇਜਣ ਦਾ ਬੰਦੇ? ਜੀ ਸਾਡੇ ਕੋਲ, ਅਸੀਂ ਆਈਟਾ ਰਿਕੋਗਨਾਈਜ਼ਡ ਹਾਂ ਔਰ ਅਸੀਂ ਟਰੈਵਲ ਸਰਵਿਸਿਜ਼ ਦੇ ਵਿੱਚ ਅਸੀਂ ਮਾਨਤਾ ਰੱਖਦੇ ਹਾਂ ਕਿ ਅਸੀਂ ਕੰਸਲਟਿੰਗ ਕਰ ਸਕਦੇ ਹਾਂ। ਜੀ 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 ਜੀ। ਸੋ ਵਸੀਮ ਸਾਹਿਬ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਨੇ ਅਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ ਇਸ ਦਾ। ਸੋ ਇਹ ਸਨ ਗੋ ਟਰੈਵਲਰ ਦੇ ਪਾਰਟਨਰ ਸੈਯਦ ਵਸੀਮ, ਜਿਨ੍ਹਾਂ ਨੇ ਬੜੇ ਸਾਫ਼ ਸਾਫ਼ ਅਲਫਾਜ਼ਾਂ 'ਚ ਔਰ ਸਿੱਧੇ ਸਿੱਧੇ ਅਲਫਾਜ਼ਾਂ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਘੱਟ ਰੇਟ ਦੀਆਂ ਟਿਕਟਾਂ ਲੈ ਸਕਦੇ ਹਾਂ, ਕੈਂਸਲੇਸ਼ਨ, ਖਾਣਾ ਔਰ ਉਸ ਤੋਂ ਬਾਅਦ ਮਨਪਸੰਦ ਸੀਟ ਹੈ ਜਿਹੜੀ ਉਹ ਅਸੀਂ ਮੁਫਤ ਦੇ ਵਿੱਚ ਬਗੈਰ ਕਿਸੇ ਐਕਸਟਰਾ ਕੋਸਟ ਤੋਂ ਉਹ ਦੇ ਸਕਦੇ, ਔਰ ਨਾਲ ਹੀ ਇੱਕ ਉਹਨਾਂ ਨੇ ਵੱਡਾ ਜਿਹੜਾ ਇੱਥੇ ਇਹ ਇੱਕ ਸੱਦਾ ਦਿੱਤਾ ਕਿਸਾਨ ਹੋਰਾਂ ਨੂੰ ਔਰ ਜਿਹੜੇ ਡੈਰੀ ਫਾਰਮਿੰਗ ਨਾਲ ਜੁੜੇ ਹੋਏ ਲੋਕਾਂ ਨੂੰ ਕਿ ਦਸੰਬਰ ਦੇ ਵਿੱਚ ਉਹ ਜਿਹੜਾ ਕੈਨੇਡਾ, ਅਮੈਰੀਕਾ ਦੇਖਣ ਦਾ ਜਿਹੜਾ ਸੁਪਨਾ ਹੈਗਾ, ਜਹਾਜ਼ ਚੜ੍ਹਨ ਦਾ ਸੁਪਨਾ ਹੈਗਾ ਕਿਸਾਨਾਂ ਦਾ ਅਤੇ ਦੋਧੀਆਂ ਦਾ, ਉਹ ਪੂਰਾ ਕਰ ਸਕਦੇ ਨੇ। ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਅਤੇ ਇਸ ਬਾਬਤ ਅਗਰ ਕਿਸੇ ਤਰ੍ਹਾਂ ਦੀ ਕੋਈ ਤੁਹਾਡੇ ਕੋਲ ਇਨਕੁਆਇਰੀ ਜਾਂ ਕੋਈ ਤੁਹਾਡੇ ਕੋਲ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਖਤਮ ਕਰਨ ਦੀ ਦਿਓ ਇੱਥੇ ਆ ਗਿਆ, ਅਤੇ ਮੈਨੂੰ ਇਹ ਦੱਸਿਓ ਜ਼ਰੂਰ ਕਿ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ। ਧੰਨਵਾਦ।